ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਸਵਾਗਤ ਹੈ ਤੁਹਾਡਾ ਵੀਡੀਓ 'ਚ। ਥੋੜ੍ਹਾ ਜਿਹਾ ਟਾਈਮ ਤੁਹਾਡਾ ਲੈਣਾ, ਇੱਕੋ ਕਿਤਾਬ ਬਾਰੇ ਤੁਹਾਨੂੰ ਦੱਸਣਾ, ਕਿਉਂਕਿ ਮੈਂ ਦੂਜੇ ਚੈਨਲ ਲਈ ਵੀ ਪਹਿਲਾਂ ਹੁਣੇ ਵੀਡੀਓ ਬਣਾ ਕੇ ਹਟਿਆ, ਉਹ ਲੰਬੀ ਹੋ ਗਈ ਜ਼ਰਾ, ਅਤੇ ਲਾਈਟ ਵੀ ਅੱਜ ਬੱਦਲਵਾਈ ਜੀ ਆ, ਕੁਛ ਇੱਥੇ ਪ੍ਰੋਪਰ ਲਾਈਟ ਨਹੀਂ ਆ ਰਹੀ। ਅਤੇ ਮੈਂ ਸਮਝ ਰਿਹਾ ਵੀ ਹੁਣ ਇੱਕੋ ਹੀ ਤੁਹਾਨੂੰ ਕਿਤਾਬ ਦਿਖਾ ਦਿੰਦੇ ਹਾਂ, ਇੱਕੋ ਲੱਖ ਵਰਗੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ। ਚਲੋ ਬਾਣੀ ਪੜ੍ਹਨੀ ਤਾਂ ਬਾਅਦ ਦੀ ਗੱਲ ਆ, ਅਸੀਂ ਜਿਹੜੇ ਸਿੱਖ ਕਹਾਉਂਦੇ ਗੁਰੂ ਗ੍ਰੰਥ ਸਾਹਿਬ ਦੇ, ਸਾਨੂੰ ਮੱਥਾ ਟੇਕਦੇ ਮਹਾਰਾਜ ਨੂੰ, ਸਾਨੂੰ ਇਹ ਤਾਂ ਪਤਾ ਹੋਵੇ ਮਹਾਰਾਜ ਦੇ ਵਿੱਚ ਮਹਾਰਾਜ ਬਾਣੀ ਕਿਹਨਾਂ ਦੀ ਆ, ਬਿਓਰਾ ਗੁਰੂ ਗ੍ਰੰਥ ਸਾਹਿਬ ਦਾ ਕਿਹਨਾਂ ਦੀ ਕਿੰਨੀ ਬਾਣੀ ਆ, ਕਿੰਨੇ ਜਾਂ ਕਿੰਨੇ ਸ਼ਬਦ ਆ, ਕਿਹੜੇ ਕਿਹੜੇ ਮਹਾਂਪੁਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਰਾਜਮਾਨ ਸੀ, ਕਿਹਨਾਂ ਨੂੰ ਨਮਸਕਾਰ ਕਰਦੇ ਹਾਂ ਜਦੋਂ ਮੱਥਾ ਟੇਕਦੇ ਹਾਂ, ਸਾਨੂੰ ਇਹ ਤਾਂ ਪਤਾ ਹੋਵੇ। ਤਾਂ ਇਹਦੇ ਵਿੱਚ ਬੜੀ ਵਡਮੁੱਲੀ ਕਿਤਾਬ ਇੱਕ ਛਾਪੀ ਆ, ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲੇ, ਜਿਹਨਾਂ ਦੀ ਮਹਾਨ ਸ਼ਖਸੀਅਤ ਨਾਮ ਤੋਂ ਸਾਰੇ ਜਾਣੂ ਆ, ਸਾਰੇ ਦੁਨੀਆ ਜਾਣੂ ਆ, ਉਹਨਾਂ ਦੇ ਅੱਗੇ ਸੇਵਾ ਕਰ ਰਹੇ ਜਿਹੜੇ ਸੀ ਨਾ ਸੰਤ ਸੇਵਾ ਸਿੰਘ ਜੀ, ਜਿਨ੍ਹਾਂ ਨੇ ਬਾਬਾ ਜੀ ਦੀ ਜੀਵਨੀ ਵੀ ਛਾਪੀ ਅਤੇ ਬਹੁਤ ਗੁਰਮਤਿ ਦੀਆਂ ਕਿਤਾਬਾਂ ਛਾਪੀਆਂ, ਹੁਣ ਵੀ ਲਿਖ ਕੇ ਸੇਵਾ ਕਰ ਰਹੇ ਕਲਮ ਦੇ ਨਾਲ। ਬਹੁਤ ਵੱਡੀ ਵੱਡੀ ਗੱਲ ਕਿ ਉਹ ਸੰਗਤ ਨੂੰ ਫ੍ਰੀ 'ਚ ਲਿਟਰੇਚਰ ਗੁਰਮਤਿ ਦਾ, ਬਹੁਤ ਵਡਮੁੱਲਾ ਆਪਣਾ ਲਿਖਿਆ ਵੀ, ਹੋਰ ਵੀ ਜਿਹੜਾ ਵਧੀਆ ਲੱਗਦਾ ਉਹਨੂੰ ਭਾਵੇਂ ਖਰੀਦਣਾ ਪਵੇ, ਖਰੀਦ ਕੇ ਸੰਗਤ ਵਿੱਚ, ਇੱਥੇ ਤੱਕ ਨਹੀਂ ਵਿਦੇਸ਼ਾਂ ਤੱਕ ਸੰਗਤ ਫਿਰ ਗਾਂਹ ਸੇਵਾ ਲੈ ਲੈਂਦੀ ਆ, ਬਣ ਰਹੇ ਆ, ਜੋ ਕਿ ਬਹੁਤ ਵੱਡਾ ਕਾਰਜ ਆਪਣੇ ਆਪ 'ਚ। ਅਤੇ ਉਹਨਾਂ ਨੇ ਇਹ ਕਿਤਾਬ ਸੰਤ ਸੇਵਾ ਸਿੰਘ ਉਹਨਾਂ ਦੀ ਲਿਖੀ ਹੋਈ ਆ, ਬੜੀ ਮੋਟੀ ਕਿਤਾਬ ਆ, ਇਹਦਾ ਨਾਮ ਹੈਗਾ ਗੁਰੂ ਗ੍ਰੰਥ ਸਾਹਿਬ ਦਰਸ਼ਨ। ਦੇਖ ਜੂ ਇੱਥੇ, ਚਲੋ ਜ਼ੂਮ ਕਰ ਦਾਂਗੇ ਨਾ। ਅਤੇ ਗੁਰੂ ਗ੍ਰੰਥ ਸਾਹਿਬ ਦਰਸ਼ਨ ਇਸ ਕਿਤਾਬ ਦਾ ਨਾਮ ਆ ਜੀ। ਇਹਦੇ ਵਿੱਚ 320 ਇਹਦੇ ਪੇਜ ਆ ਜੀ, ਮੋਟੀ ਕਿਤਾਬ ਆ, ਚੰਗੀ ਨਿੱਠ ਕੇ ਪੜ੍ਹਨ ਵਾਲੀ ਆ। ਬਾਕੀ ਹੋਰ ਵੀ ਉਹਨਾਂ ਨੇ ਪਿੱਛੇ ਸਾਰਾ ਲਿਖਿਆ ਕਿ ਗੁਰਦੁਆਰਾ ਸਾਹਿਬ ਵੱਲੋਂ ਪ੍ਰਚਾਰ ਦੇ ਹਿੱਤ ਮੂਖ ਰਹਿਤ, ਮਤਲਬ ਭੇਟਾ ਰਹਿਤ ਵੰਡੀਆਂ ਜਾ ਰਹੀਆਂ ਪੁਸਤਕਾਂ ਅਤੇ ਟਰੈਕਟਾਂ ਦਾ ਵਿਰਵਾ, ਛੋਟੇ ਛੋਟੇ ਟਰੈਕਟ ਹੁੰਦੇ ਨੇ ਪੜ੍ਹਨ ਵਾਲੇ, ਉਹ ਵੀ ਵੰਡਦੇ ਆ। ਜਿੱਦਾਂ ਸ਼ਬਦ ਗੁਰਪੀਰਾ ਆ, ਸੇਕ ਨੇਹਾ ਬਾਬਾ ਜੀ ਦੀ ਜੀਵਨੀ ਆ, ਫਿਰ ਇੱਕ ਆ ਆ ਫਿਰ ਗੁਰਸਾਗਰ ਗੁਰਮਤ ਦੇ ਪਾਂਧੀ ਬਹੁਤ ਪੁਰਾਣੀ ਕਿਤਾਬ ਆ, ਇਹ ਬਾਬਾ ਹਰਨਾਮ ਸਿੰਘ ਜੀ ਨੇ ਵੀ ਛਪਵਾ ਕੇ ਵੰਡੀਆਂ ਸੀਗੀਆਂ, ਮਤਲਬ ਕਿ ਨਾ ਮਨੁੱਖਤਾ ਦੇ ਦੁਸ਼ਮਣ ਨਸ਼ੇ, ਪ੍ਰਭੂ ਬਖਸ਼ਿਸ਼ ਕੇਸ, ਸਮਾਜਿਕ ਕੁਰੀਤੀਆਂ, ਬਹੁਤ ਕੁਛ ਆ ਗੁਰਬਾਣੀ ਬਾਰੇ ਹੋਰ ਵੀ ਨਾ। ਅਤੇ ਇਹ ਕਿਤਾਬ ਦੇ ਵਿੱਚ ਇਹਨੂੰ ਜ਼ਰੂਰ ਪੜ੍ਹੋ ਤੁਸੀਂ, ਉਹਨਾਂ ਨੇ ਸਾਰਾ ਦਿੱਤਾ ਹੋਇਆ ਕਿ ਆਹ ਦੇਖੋ ਸਾਰਾ ਹੀ ਵੇਰਵਾ ਆ ਕਿ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਛੇ ਗੁਰੂ ਸਾਹਿਬਾਨਾਂ ਦਾ ਜ਼ਿਕਰ ਆ। ਸਭ ਤੋਂ ਪਹਿਲਾਂ ਉਹਨਾਂ ਨੇ ਦੱਸਿਆ ਕਿ ਪੁਸਤਕ ਪ੍ਰਥਾ ਇਹ ਮਤਲਬ ਕਿ ਕਿਸ ਬਾਰੇ ਆ, ਫਿਰ ਦੱਸਿਆ ਮਹਾਰਾਜ ਦੀ ਮਹਾਨਤਾ ਕਿਉਂ ਆ ਗੁਰੂ ਗ੍ਰੰਥ ਸਾਹਿਬ ਦੀ ਸਾਰੇ ਧਰਮਾਂ ਨਾਲੋਂ ਵਿਸ਼ੇਸ਼, ਫਿਰ ਦੱਸਿਆ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੀ ਲੋੜ ਕਿਉਂ ਪਈ, ਗੁਰੂ ਅਰਜਨ ਦੇਵ ਮਹਾਰਾਜ ਨੇ ਕਾਰਜ ਕਿਉਂ ਕੀਤਾ ਇਹ ਬਾਣੀ ਇਕੱਤਰ ਕਰਨ ਦਾ, ਫਿਰ ਦੱਸਿਆ ਮਹਿਮਾ ਗੁਰਬਾਣੀ ਦੀ, ਸਿੱਖ ਦਾ ਅਕੀਦਾ ਕੀ ਆ ਗੁਰੂ ਗ੍ਰੰਥ ਸਾਹਿਬ 'ਤੇ ਜਾਂ ਕੀ ਹੋਣਾ ਚਾਹੀਦਾ, ਫਿਰ ਦੱਸਿਆ ਬੋਲੀਆਂ ਦਾ ਅਤੇ ਕਵਿਤਾ ਦਾ ਕਿਹੜਾ ਭੰਡਾਰ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੰਭਾਲਿਆ ਹੋਇਆ, ਕਵਿਤਾ ਦੀਆਂ ਛੰਦਾਬੰਦੀਆਂ, ਲੈ ਛੰਦ, ਅਲੰਕਾਰ, ਬੜਾ ਕੁਛ, ਬੋਲੀਆਂ ਵੀ ਬਹੁਤ ਆ ਮਹਾਰਾਜ ਵਿੱਚ ਜੀ, ਅਤੇ ਰਾਗਾਂ ਨੂੰ ਮਹਾਨਤਾ ਦਿੱਤੀ। ਦੇਖੋ ਇਕੱਲੇ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਪੜ੍ਹਨ ਦੀ ਬਾਅਦ ਦੀ ਗੱਲ, ਉੱਦਾਂ ਖਜ਼ਾਨੇ ਕਿੰਨੇ ਆ ਮਹਾਰਾਜ ਨੇ ਸਾਂਭੇ, ਰਾਗਾਂ ਦਾ ਆਪਣੇ ਆਪ ਵਿੱਚ ਭੰਡਾਰ ਆ ਮਹਾਰਾਜ ਨਾ। ਅਤੇ ਵਿਸ਼ਾ ਵਸਤੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੀ ਆ, ਸਮਝਦੇ ਨਾ ਵਿਸ਼ਾ ਵਸਤੂ ਸ਼ਬਦ ਦਾ ਅਰਥ, ਸਮਝਦੇ ਜਿਹੜੇ ਭਾਸ਼ਾ ਦੂਜੀ ਵਾਲੇ ਸਾਹਿਤ ਵਾਲੇ, ਵਿਸ਼ਾ ਵਸਤੂ ਜੇ ਸਮਝਾਉਣਾ ਚਾਹੋ ਕਿਸ ਬਾਰੇ ਹੈ ਨਾ, ਜ਼ਿਆਦਾਤਰ ਗੱਲ ਕਰਦੇ ਆ ਸੰਬੰਧ ਵਿੱਚ, ਕਿਸ ਸੰਬੰਧ ਵਿੱਚ ਇਹ ਗੱਲ ਕਹਿ ਲਓ, ਠੀਕ ਆ ਨਾ, ਇਹ ਤੁਹਾਨੂੰ ਪਤਾ ਲੱਗੂਗਾ ਵਿਸ਼ਾ ਵਸਤੂ। ਫਿਰ ਬ੍ਰਹਿਮੰਡ ਦੇ ਪਸਾਰੇ ਦੇ ਸੰਕੇਤ ਦਿੰਦੇ ਆ ਮਹਾਰਾਜ, ਧਰਤੀ ਬਾਰੇ ਕਿੱਦਾਂ ਬਣੀ, ਤਾਰੇ ਮੰਡਲ ਗਲੈਕਸੀਆਂ ਸਾਰੀ ਗੱਲ ਕਰਦੇ ਆ। ਫਿਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਥਾਏ ਵੱਡੇ ਵਿਦਵਾਨਾਂ ਦੇ, ਦੁਨੀਆਂ ਦੇ ਵੱਡੇ ਵਿਦਵਾਨਾਂ ਦੇ ਵਿਚਾਰ ਦਿੱਤੇ ਆ। ਅੱਗੇ ਫਿਰ ਗੁਰੂ ਸਾਹਿਬਾਨਾਂ ਬਾਰੇ ਦੱਸਿਆ, ਆਪਣਾ ਸੰਖੇਪ ਜਾਂ ਉਹਨਾਂ ਬਾਰੇ ਦੱਸਿਆ। ਤਾਂ ਜਿਨ੍ਹਾਂ ਜਿਨ੍ਹਾਂ ਦੀ ਬਾਣੀ ਆ, ਸਾਰੇ ਮਹਾਂਪੁਰਖ ਜਿਹੜੇ 35 ਜਾਂ 36 ਜਿੰਨੇ ਬਣਦੇ ਆ, ਉਹਨਾਂ ਦੇ ਭਗਤ ਸਾਹਿਬਾਨਾਂ ਦੀ, ਫਿਰ ਚਾਰ ਗੁਰਸਿੱਖ ਹੈ ਨਾ, ਇਹ ਫਿਰ ਕਈ ਤਿੰਨ ਗੁਰਸਿੱਖ ਕਹਿੰਦੇ ਆ,
ਕਈ ਚਾਰ ਕਹਿੰਦੇ ਆ, ਇੱਕ ਹੈਗਾ ਸਲੋਕ ਮਰਦਾਨਾ ਪਹਿਲਾ, ਕਈ ਵਿਦਵਾਨ ਕਹਿੰਦੇ ਆ ਕਿ ਉਹ ਬਾਬਾ ਮਰਦਾਨਾ ਜੀ ਦਾ ਸਲੋਕ ਆ, ਕਈ ਕਹਿੰਦੇ ਆ ਕਿ ਸਲੋਕ ਮਰਦਾਨਾ ਪਹਿਲਾ ਦਾ ਮਤਲਬ ਆ ਕਿ ਗੁਰੂ ਨਾਨਕ ਸਾਹਿਬ ਦਾ ਸਲੋਕ ਆ, ਉਹਨਾਂ ਨੇ ਬਾਬਾ ਮਰਦਾਨਾ ਜੀ ਨੂੰ ਉਹਨਾਂ ਦਾ ਨਾਮ ਵਿੱਚ ਵਰਤ ਕੇ ਹਾਜ਼ਰੀ ਲਵਾ ਕੇ ਉਹਨਾਂ ਨੂੰ ਉਪਦੇਸ਼ ਦਿੰਦਿਆਂ ਹੋਇਆ ਉਚਾਰਿਆ। ਇਸ ਕਰਕੇ ਕਈ ਵਿਦਵਾਨ ਮੰਨਦੇ ਕਿ ਚਾਰ ਗੁਰਸਿੱਖਾਂ ਦੀ ਬਾਣੀ ਹੈ, ਕਈ ਤਿੰਨਾਂ ਦੀ ਮੰਨਦੇ ਆ। ਬਾਕੀ ਗੁਰਸਿੱਖ ਜਿਹੜੇ ਹੈਗੇ ਆ ਬਾਬਾ ਸੁੰਦਰ ਜੀ, ਜਿਨ੍ਹਾਂ ਦੇ ਰਾਮਕਲੀ ਸੱਦ ਪੜ੍ਹਦੇ ਆ ਨਾ ਜਦੋਂ ਕੋਈ ਮ੍ਰਿਤਕ ਦਾ ਭੋਗ ਹੋਵੇ, ਉਹ ਫਿਰ ਪੜ੍ਹਦੇ ਆ ਬਾਬਾ ਸੱਤਾ ਜੀ ਅਤੇ ਬਾਬਾ ਬਲਵੰਡਾ ਜੀ ਰਬਾਬੀ, ਉਹਨਾਂ ਦੀ ਬਾਣੀ ਰਾਮਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਉੱਚ ਸਿਫਤਾ ਪੰਜ ਗੁਰੂ ਸਾਹਿਬਾਨਾਂ ਦੀ ਪੰਚਮ ਪਾਤਸ਼ਾਹ ਤੱਕ, ਹੈ ਨਾ। ਫਿਰ ਅੱਗੇ ਫਿਰ ਉਹ ਵੀ ਭਾਈ ਮਰਦਾਨਾ ਜੀ ਦਾ, ਇੱਦਾਂ ਅੱਧੇ ਵਿਦਵਾਨ ਕਹਿੰਦੇ ਉਹਨਾਂ ਦੀ ਹੈ, ਅੱਧੇ ਕਹਿੰਦੇ ਉਹ ਗੁਰੂ ਨਾਨਕ ਦੇਵ ਦੇ, ਹੈ ਨਾ। ਅਤੇ ਇਸ ਤਰ੍ਹਾਂ ਮਤਭੇਦ ਆ, ਬਸ ਉਹਨਾਂ ਨੇ ਬਿਊਰਾ ਦਿੱਤਾ ਆ ਭਗਤ ਸਾਹਿਬਾਨਾਂ ਦੀ, ਜਿੰਨਾ ਵੀ ਬਹੁਤ ਮਿਹਨਤ ਦਾ ਕੰਮ ਆ ਨਾ, ਕਿਉਂਕਿ ਭਗਤ ਸਾਹਿਬਾਨ ਕਿਹੜਾ ਇੱਕੋ ਜਗ੍ਹਾ 'ਚੋਂ ਆ, ਅਤੇ ਕੋਈ ਕਿਤੇ ਮਹਾਰਾਸ਼ਟਰ ਵਿੱਚ ਬੈਠੇ ਹੋਏ ਆ, ਕੋਈ ਬਨਾਰਸ ਦੀ ਧਰਤੀ 'ਤੇ ਬੈਠੇ ਆ ਨਾ, ਕੋਈ ਕਿਤੇ ਆ, ਕੋਈ ਦਿੱਲੀ ਵੱਲ ਬੈਠੇ, ਕੋਈ ਉਹ ਪਾਕਿਸਤਾਨ, ਹੈ ਨਾ, ਬਾਬਾ ਫਰੀਦ ਜੀ ਪੰਜਾਬ, ਚਲੋ ਸਾਰਾ ਵੱਡਾ ਪੰਜਾਬ ਸੀਗਾ, ਭਗਤ ਧੰਨਾ ਜੀ ਰਾਜਸਥਾਨ ਵਿੱਚ ਬੈਠੇ ਆ, ਸਾਰਿਆਂ ਦਾ ਬਿਊਰਾ ਉਹਨਾਂ ਨੇ ਦਿੱਤਾ ਆ, ਕਿੱਥੇ ਕਿੱਥੇ ਕਦੋਂ ਕਦੋਂ ਉਹਨਾਂ ਦਾ ਜਨਮ ਹੋਇਆ, ਕਦੋਂ ਜੋਤੀ ਜੋਤ ਸਮਾਏ ਆ। ਗੁਰੂ ਗ੍ਰੰਥ ਸਾਹਿਬ ਦੇ ਬਾਰੇ ਜਾਣਕਾਰੀ ਦਾ ਬਹੁਤ ਵੱਡਾ ਭੰਡਾਰ ਹੈ, ਇਕੱਲੀ ਕਿਤਾਬ 10 ਕਿਤਾਬਾਂ ਬਰਾਬਰ ਆ, ਇਹਨੂੰ ਜ਼ਰੂਰ ਪੜ੍ਹੋ। ਖੇੜਾ ਸਾਹਿਬ ਦਾ ਲਿਟਰੇਚਰ ਕਈ ਦੁਕਾਨਦਾਰ ਗੁੰਮਰਾਹ ਕਰੀ ਜਾਂਦੇ ਆ, ਮਹਿੰਗੀਆਂ ਮਹਿੰਗੀਆਂ ਕਿਤਾਬਾਂ ਇਹ ਸ਼ਾਇਦ ਫ੍ਰੀ 'ਚ ਲੈਂਦੇ ਹੋਣਗੇ, ਕਿਉਂਕਿ ਇੱਥੋਂ ਤਾਂ ਵੇਚਦੇ ਨਹੀਂ, ਖੇੜਾ ਸਾਹਿਬ ਵਾਲੇ ਤਾਂ ਬਿਲਕੁਲ ਨਹੀਂ ਵੇਚਦੇ, ਪੇਟਾ ਰਹਿਟ ਵੰਡੀਆਂ ਜਾਂਦੀਆਂ, ਇਸ ਗੱਲ ਦੇ ਲੱਖਾਂ ਹੀ ਗਵਾਹ ਆ, ਜਿੰਨੀ ਵੀ ਸੰਗਤ ਉੱਥੇ ਜਾਂਦੀ ਆ, ਇਹ ਮੈਂ ਵੀ ਪੇਟਾ ਰਹਿਤ ਹੀ ਲਿਆਉਂਦੀ ਆ, ਤਾਂ ਕਈ ਵੇਚੀ ਜਾਂਦੇ ਇੱਦਾਂ ਲੱਗਦਾ ਦਾ, ਹੈ ਨਾ। ਪਰ ਇਹ ਪ੍ਰਾਪਤ ਕਰੋ ਤੁਸੀਂ ਕਿਤੋਂ ਵੀ, ਖੇੜਾ ਸਾਹਿਬ ਤੋਂ ਤੁਸੀਂ ਪ੍ਰਾਪਤ ਕਰ ਲਓ। ਤੁਸੀਂ ਨੰਬਰ ਮੈਂ ਤੁਹਾਨੂੰ ਦੱਸ ਦੇਣਾ ਲਓ ਜੀ, ਜਿਹੜਾ ਦੂਜਾ ਨੰਬਰ ਲੈਂਡਲਾਈਨ 01886 ਕੋਡ ਆ ਇੱਥੇ ਦਾ ਸਾਡਾ, 260334, ਠੀਕ ਆ ਜੀ। ਵੈਬਸਾਈਟ ਦੱਸ ਦੇਣਾ ਆ, ਵੈਬਸਾਈਟ ਹੈਗੀ www.rampurkheda.com, ਰਾਮ RAMPURKHERA.com, ਠੀਕ ਆ ਜੀ। ਇਹ ਤੁਹਾਨੂੰ ਕਿਤਾਬਾਂ ਸਹਿਜੇ ਪ੍ਰਾਪਤ ਹੋ ਜਾਣਗੀਆਂ। ਅੱਗੇ ਵੀ ਵੀਡੀਓ ਨੂੰ ਸ਼ੇਅਰ ਕਰਿਓ, ਫਿਰ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ 'ਚ ਨਵੀਂ ਕਿਤਾਬ ਦੇ ਨਾਲ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।